सत श्री अकाल जी। अज असी आए हाँ शहर नाभे, जिथे कि तुहानू पता ही है कि नगर कौंसल दी जिहड़ी चोणां ने उहनां दी तैयारियां बड़ियां जोरां शोरां ते चल रहियां ने। ते अज असी खास मुलाकात करन आए हाँ गुरदेव मान जी नाल, जो कि 2017 दे विच आप दे वल्लों इलैक्शन लड़ चुके ने ते हुण वी जिहड़ियां उहनां दी गतिविधियां ने बहुत जोरां शोरां ते नाभे शहर 'च चल रहियां ने। ते वैसे वी बहुत वधिया लीडर ने ते बहुत वधिया काम कर रहे ने नाभे हल्के लई। लो जी गल करदे हां, नगर कौंसल दीआं चोणां ने इस दी तैयारी किस तरह चल रही ने? नगर कौंसल दीआं चोणां 14 फरवरी नूं होण जा रहियां ने जी, और असीं ग्राउंड लैवल ते मैं तां पिछले 5 साल तो लगातार ही नाभे दे मुद्दे जिहड़े आ उह चक रहे हां। और इह रियासती शहर है जी, महाराजा हीरा सिंह सारी दुनिया जाणदी आ, और महाराजा रबदमन सिंह दा वसाया शहर आ, रियासती शहर आ। पर इहदी दुर्दशा बहुत माड़ी है जी। इहदे जिहड़े गंभीर मुद्दे ने जिवें जिहड़ा पाणी है जी सीवरेज दा, ਉਹ ਆਮ ਹੀ ਤੁਹਾਨੂੰ ਖੜਿਆ ਮਿਲ ਜੂਗਾ ਨਾਭੇ 'ਚ ਕਿਤੇ। ਉਹਦਾ ਪ੍ਰੋਪਰ ਜਿਹੜਾ ਜੀ ਉਹਦੀ ਡਰੇਨਿੰਗ ਹੈ ਨਹੀਂ ਸਿਸਟਮ ਕਿਤੇ ਵੀ, ਉਹਦਾ ਨਿਕਾਸ ਹੈ ਨਹੀਂ ਪ੍ਰੋਪਰ ਕਿਤੇ ਵੀ। ਔਰ ਉਸ ਤੋਂ ਇਲਾਵਾ ਜਿਹੜਾ ਇੱਥੇ ਨਗਰ ਕੌਂਸਲ ਨਾਭਾ ਨਾ ਜੀ, ਇਹ ਭ੍ਰਿਸ਼ਟਾਚਾਰ ਦੇ ਤੌਰ 'ਤੇ ਇਹ ਪੂਰੇ ਪੰਜਾਬ 'ਚ ਜਾਣੀ ਜਾਂਦੀ ਹੈ। ਨਵਜੋਤ ਸਿੰਘ ਮੇਨ ਕਾਰਨ ਕੀ ਹੈ ਸਰ? ਬਿਲਕੁਲ ਬਿਲਕੁਲ, ਮੈਂ ਦੱਸਦਾ। ਨਵਜੋਤ ਸਿੰਘ ਸਿੱਧੂ ਸਾਹਿਬ ਜਦੋਂ ਲੋਕਲ ਬੋਡੀ ਦੇ ਮਿਨਿਸਟਰ ਸੀਗੇ, ਉਹਨਾਂ ਨੇ ਇੱਥੋਂ ਦਾ ਜਿਹੜਾ ਪ੍ਰਧਾਨ ਸੀ ਨਗਰ ਕੌਂਸਲ ਨਾਭਾ ਦਾ, ਇੱਥੋਂ ਦਾ ਈਓ ਸੀਗਾ ਔਰ ਕਲਰਕ, ਉਹ ਸਸਪੈਂਡ ਕੀਤਾ ਸੀ। ਪੂਰੇ ਅਖਬਾਰਾਂ 'ਚ ਵੀ ਖਬਰਾਂ ਲੱਗੀਆਂ ਸੀ। ਕਾਰਨ ਮਕਸਦ ਇਹ ਸੀਗਾ ਜੀ ਕਿ ਜਾਲੀ ਬਿੱਲ ਤਿਆਰ ਕਰਕੇ ਪੈਸਾ ਜਿਹੜਾ ਮਿਸਯੂਜ਼ ਕੀਤਾ ਗਿਆ। ਇੱਥੇ ਨਗਰ ਕੌਂਸਲ ਨਾਭਾ ਦੇ ਵਿੱਚ 2.25 ਕਰੋੜ ਰੁਪਇਆ ਗਰੀਬਾਂ ਵਾਸਤੇ ਆ, ਜਿਹੜੇ ਕੱਚੇ ਘਰਾਂ ਦੇ ਪੈਸੇ ਆਉਂਦੇ ਆ ਬਾਲਿਆਂ ਵਾਲੇ ਮਕਾਨ, ਉਹਨਾਂ ਨੂੰ ਪੱਕੇ ਕਰਨ ਵਾਸਤੇ ਉਹ ਪੈਸਾ ਖੁਰਦ ਬੁਰਦ ਕਰਤਾ। ਔਰ ਹੋਰ ਵੀ ਬਹੁਤ ਵੱਡੇ ਆਪਣੇ ਚਹੇਤਿਆਂ ਨੂੰ ਠੇਕੇ ਦੇ ਦੇਣੇ, ਠੀਕ ਹੈ ਜੀ, ਔਰ ਜਿਹੜੇ ਐਸੇ ਬਿੱਲ ਪਾਸ ਕਰਕੇ ਪੈਸਾ ਲਾਇਆ ਹੈ ਜਿਹੜਾ ਕਿ ਨਾ ਤਾਂ ਨਾਲਿਆਂ ਦੀ ਸਫਾਈ ਪ੍ਰੋਪਰ ਹੋਈ ਆ, ਨਾ ਸੀਵਰੇਜ ਦਾ ਪ੍ਰੋਪਰ ਸਿਸਟਮ ਆ, ਪਾਰਕਿੰਗ ਦੀ ਬਹੁਤ ਮਾੜੀ ਹਾਲਤ ਆ। ਔਰ ਉਸ ਤੋਂ ਇਲਾਵਾ ਇੱਥੇ ਜਿਹੜਾ ਅਵਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੈ ਜੀ, ਨੇੜੇ ਇੱਥੇ ਕਾਫੀ ਜੰਗਲ ਹੈ ਜੀ, ਬਾਂਦਰ ਵਗੈਰਾ ਬਹੁਤ ਇੱਥੇ ਰਹਿੰਦੇ ਨੇ ਜੀ ਨਾਭੇ ਦੇ ਵਿੱਚ। ਸੋ ਕਿਤੇ ਵੀ ਮਤਲਬ ਨਗਰ ਕੌਂਸਲ ਨਾਭਾ ਨੇ ਕਹਿਣ ਨੂੰ ਤਾਂ ਵੱਡੀਆਂ ਵੱਡੀਆਂ ਗੱਲਾਂ ਸਟੇਟਮੈਂਟਾਂ ਦਿੰਦੇ ਨੇ ਜੀ, ਅਸੀਂ 50 ਕਰੋੜ ਲਾਤਾ, 70 ਕਰੋੜ ਲਾਤਾ, ਪਰ ਅਸਲ ਲੈਵਲ ਦੇ ਵਿੱਚ ਅਗਰ ਦੇਖੀਏ ਆਪਾਂ ਗਰਾਊਂਡ ਲੈਵਲ 'ਤੇ ਜਿਹੜੇ ਨਾਭੇ ਦੇ ਲੋਕ ਨੇ ਉਹ ਨਗਰ ਕੌਂਸਲ ਨਾਭਾ ਦੇ ਭ੍ਰਿਸ਼ਟਾਚਾਰ ਤੋਂ ਬਹੁਤ ਦੁਖੀ ਨੇ। ਔਰ ਨਗਰ ਕੌਂਸਲ ਨਾਭਾ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਬੰਦੇ MC ਬਣਦੇ ਆ ਰਹੇ ਆ, ਪ੍ਰਧਾਨ ਬਣਦੇ ਆ ਰਹੇ ਆ, ਸਾਧੂ ਧਰਮਸੋਤ ਜੀ ਇੱਥੋਂ ਕੈਬਨਿਟ ਮੰਤਰੀ ਨੇ, ਅਤੇ ਉਹਨਾਂ ਦੇ ਚਹੇਤੇ ਜਿਹੜੇ ਨੇ ਜੀ, ਉਹਨਾਂ ਨੇ ਇੱਕ ਕਿਸਮ ਦਾ, ਮੈਂ ਤਾਂ ਇਹ ਕਹੂੰਗਾ ਕਿ ਨਗਰ ਕੌਂਸਲ ਨਾਭਾ ਜਿਹੜਾ ਇਹ ਨਗਰ ਕੌਂਸਲ ਨਾਭਾ ਦੇ MC ਨੇ ਇੱਕ ਗੈਂਗ ਆ ਜਿਹੜਾ ਲਗਾਤਾਰ ਲੁੱਟ ਰਿਹਾ ਨਾਭੇ ਨੂੰ, ਔਰ ਆਪਣੀ ਮਨਮਰਜ਼ੀਆਂ ਕਰਦਾ ਜੀ, ਲੋਕਾਂ ਨਾਲ ਬਦਤਮੀਜ਼ੀਆਂ ਕਰਦੇ ਨੇ। ਜਿਹੜੇ ਸਫਾਈ ਕਰਮਚਾਰੀ ਨੇ ਕੱਚੇ ਨੇ, ਉਹਨਾਂ ਨੂੰ ਪੱਕੇ ਨਹੀਂ ਕੀਤਾ ਹੁਣ ਤੱਕ, ਉਹਨਾਂ ਦੀ ਤਨਖਾਹਾਂ ਨਹੀਂ ਦਿੰਦੇ ਪ੍ਰੋਪਰ, ਬਦਤਮੀਜ਼ੀ ਨਾਲ ਬੋਲਦੇ ਨੇ, ਅਸੀਂ ਸਮਾਜ ਨਾਲ ਸੰਬੰਧ ਰੱਖਦੇ ਨੇ ਉਹ, ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਕਰਕੇ ਇਸ ਵਕਤ ਨਗਰ ਕੌਂਸਲ ਨਾਭਾ ਦੇ ਵਿੱਚ ਜਿਹੜੇ ਨਾਭਾ ਨਿਵਾਸੀ ਨੇ ਉਹ ਤਬਦੀਲੀ ਦੇ ਮੂਡ ਦੇ ਵਿੱਚ ਨੇ। ਔਰ ਸਾਧੂ ਧਰਮਸੋਤ ਦਾ ਤਾਂ ਵੱਡਾ ਜਿਹੜਾ ਜੀ ਚਿਹਰਾ, ਇੱਕ ਭ੍ਰਿਸ਼ਟਾਚਾਰ ਲੀਡਰ ਦੇ ਤੌਰ 'ਤੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ, ਜਿਨ੍ਹਾਂ ਨੇ 64 ਕਰੋੜ ਰੁਪਇਆ ਗਰੀਬ ਬੱਚਿਆਂ ਦਾ ਵਜ਼ੀਫਾ ਖਾ ਲਿਆ, ਠੀਕ ਹੈ ਜੀ। ਉਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਵਿੱਚ ਵੀ ਇਹਨਾਂ ਦਾ ਨਾਂ ਆਇਆ ਕਿ ਇਹਨਾਂ ਨੇ ਬਹੁਤ ਖੁਰਦ ਬੁਰਦ ਕੀਤੇ ਨੇ, ਬੂਟੇ ਬਾਟਿਆਂ ਦੇ ਪੈਸੇ ਬਹੁਤ ਖਾ ਗਏ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨੈਗੇਟਿਵ ਜਾਂਦੀਆਂ ਨੇ, ਜਿਹਦੇ ਕਰਕੇ ਨਾਭਾ ਸ਼ਹਿਰ ਦੇ ਲੋਕ ਜਿਹੜੇ ਨੇ ਇਸ ਵਕਤ ਉਹਨਾਂ ਦਾ ਝੁਕਾਅ ਆਮ ਆਦਮੀ ਪਾਰਟੀ ਵਾਲੇ ਪਾਸੇ ਆ। ਇੱਥੋਂ ਸਾਡੇ ਸਤਿਕਾਰਯੋਗ ਰਮੇਸ਼ ਸਿੰਗਲਾ ਜੀ, ਰਮੇਸ਼ੀ ਪ੍ਰਧਾਨ ਜੀ ਕਰਕੇ ਸਾਰਾ ਨਾਭਾ ਜਾਣਦਾ, ਨਾਭਾ ਵਿਧਾਨ ਸਭਾ ਤੋਂ 1992 ਦੇ ਵਿੱਚ MLA ਰਹੇ ਇੱਥੋਂ ਜੀ, ਠੀਕ ਹੈ ਜੀ। ਉਹ ਆਮ ਪਾਰਟੀ ਦੇ ਵਿੱਚ ਆ ਗਏ ਸੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਪਿਛਲੇ ਸਾਲ। ਅਤੇ ਇੱਥੋਂ ਦੇ ਇੱਕ ਰਿਆਸਤੀ ਪਰਿਵਾਰ ਹੈ ਜੀ, ਜਿਹੜਾ ਸਿਆਸਤ ਦੇ ਵਿੱਚ ਬਹੁਤ, ਰਿਆਸਤੀ ਸ਼ਹਿਰ ਦੇ ਵਿੱਚ ਸਿਆਸਤ ਦੇ ਵਿੱਚ ਬਹੁਤ ਵੱਡਾ ਕੱਦ ਹੈ, ਸਰਦਾਰ ਗੁਰਦਰਸ਼ਨ ਸਿੰਘ ਜੀ ਉਹਨਾਂ ਦੇ ਬੇਟੇ ਜਸਦੀਪ ਸਿੰਘ ਜੀ ਨਿੱਕੂ, ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਪਿਛਲੇ ਸਾਲ 2020 ਦੇ ਵਿੱਚ। ਸੋ ਉਹਨਾਂ ਦਾ ਵੀ ਇੱਥੇ ਪ੍ਰਭਾਵ ਹੈ ਜੀ। ਸੋ ਕਰ ਕਰਾ ਕੇ ਐਂ ਸਮਝ ਲਓ ਕਿ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਨਾਭੇ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਹੈ, ਔਰ ਲਗਾਤਾਰ ਕਾਂਗਰਸ, ਅਕਾਲੀ ਅਤੇ BJP ਦੇ ਜਿਹੜੇ ਪੁਰਾਣੇ ਲੋਕ, ਦੁਖੀ ਲੋਕ, ਅੱਛੇ ਲੋਕ ਨੇ, ਪਾਰਟੀਆਂ ਮਾੜੀਆਂ ਹੁੰਦੀਆਂ, ਬੰਦੇ ਦਾ ਕਦੇ ਮਾੜੇ ਨਹੀਂ ਹੁੰਦੇ ਜੀ, ਠੀਕ ਹੈ ਜੀ। ਅਤੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸਰ, ਤੁਹਾਨੂੰ ਕੀ ਲੱਗਦਾ ਜੇ ਨਗਰ ਕੌਂਸਲ ਦੀ ਚੋਣਾਂ ਦੇ ਵਿੱਚ ਆਪ ਪਾਰਟੀ ਦਾ ਕੈਂਡੀਡੇਟ ਜਿੱਤਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਭੇ ਦਾ ਜਿਹੜਾ ਮੇਨ ਆ ਉਹ ਕੀ ਕੰਮ ਕਰਨਾ ਚਾਹੂੰਗੇ, ਕੀ ਸੁਧਾਰ ਲਿਆਉਣਾ ਚਾਹੂੰਗੇ? ਸਭ ਤੋਂ ਪਹਿਲਾਂ ਤਾਂ ਨਾਭੇ ਦੇ ਲੋਕ ਜਿਹੜੇ ਉਮੀਦ ਕਰਦੇ ਆ ਕਿ ਜਿਹੜੇ ਵੀ ਬੰਦੇ ਚੁਣੇ ਜਾਣ ਇਮਾਨਦਾਰੀ ਨਾਲ ਕੰਮ ਕਰਨ। ਮੈਂ ਇਸ ਚੀਜ਼ ਦੀ 100% ਗਰੰਟੀ ਦੇਣਾ ਕਿ ਨਾਭੇ ਦੇ ਵਿੱਚ ਜਿਹੜੇ ਸਾਡੇ MC ਦੀ ਚੋਣ ਲੜ ਰਹੇ ਆ, ਸਾਡੇ ਬੜੇ ਪੜ੍ਹੇ ਲਿਖੇ ਜੀ, ਸਾਡੀ ਵਾਰਡ ਨੰਬਰ 7 ਤੋਂ ਸਾਡੀ ਬੱਚੀ ਇਲੈਕਸ਼ਨ ਲੜ ਰਹੀ ਹੈ, ਸਿਮਰਨ ਵਰਮਾ, 22-23 ਸਾਲ ਦੀ ਬੱਚੀ ਐ। ਮੈਂ ਸਰ ਇੱਕ ਕੁਐਸਚਨ ਤੁਹਾਨੂੰ ਹੋਰ ਪੁੱਟ ਕਰਨਾ ਚਾਹੁੰਦੀ, ਜਿਹੜੇ ਤੁਹਾਨੂੰ ਇਹ ਮਤਲਬ ਲੜਕੀਆਂ ਖੜਾਈਆਂ ਨੇ ਛੋਟੀ ਛੋਟੀ ਏਜ ਦੀਆਂ 22-23 ਸਾਲ ਦੀਆਂ, ਮਤਲਬ ਇਹ ਕੀ ਸੋਚ ਕੇ ਤੁਸੀਂ ਸਰ ਮਤਲਬ ਇਹਨਾਂ ਨੂੰ ਕਹਿੰਦੇ? ਦੇਖੋ ਨਵਾਂ ਖੂਨ ਆ ਜੀ, ਪੜ੍ਹੇ ਲਿਖੇ ਨੇ, MA ਕਰ ਰਹੀ ਹੈ ਜੀ, ਠੀਕ ਹੈ ਜੀ। ਇੱਕ ਸਾਡੀ ਵਾਰਡ ਨੰਬਰ ਹੈਗਾ ਜੀ 19, ਉੱਥੋਂ ਪ੍ਰਿੰਕਾ ਗਰਗ ਆ ਸਾਡੀ ਨਾ ਬੱਚੀ, ਉਹ ਵੀ 23-24 ਸਾਲ ਦੀ ਉਮਰ ਆ ਦੀ ਜੀ।
वह भी एम ए बी एड एम ए इंग्लिश है जी, ठीक है ना जी। मतलब कहने का भाव है कि जो पुराना एक सिस्टम चलिया आ रहा है ना कि रवायती कांग्रेस अकालियाँ बीजेपी के रवायती लीडर उ असी यह छवि तोड़ना चाहते हैं और असी नवे मुंडे कुड़ियों मौका दे के समाज के अच्छे लोग जिहड़े जिहड़े समाज का भला सोचते हैं अच्छे बच्चे जिहड़े समाज लिए काम करना चाहते हैं। पोलीटिक्स एक बहुत वधिया प्रोफेशन आ गया, आपां इहनूं इमानदारी नाल करिए। तो मैं केजरीवाल साहब की सोच में सलाम हाँ जिन्होंने आम आदमी पार्टी बनाई, जिदे करके मेरे वर्गे लोग जिहड़े कि कोई राजनीति नाल जिन्हां दा वास्ता ही नहीं जी, असी लगातार आम आदमी पार्टी च काम कर रहे हैं और इस करके असी जिहड़ी चोण है नगर कौंसल नाभा दे विच साबका एक्स सर्विसमैन आर्मी दे विच उन्हां नूं मौका दिता, स्टूडेंट नूं मौका दिता, ठीक है जी। आम घरां दे जिहड़े दिहाड़ी करन वाले जिहड़ियां ऐसियां सीटां उन्हां नूं मौका दिता जी, पर दुकानदार भरा जिहड़े नाभे दे विच अपना कारोबार छोटा छोटा करके अपना कारोबार चला उन्हां नूं मौका दिता जी, पर जिहड़े पिंडां तों आए नाभे शहर दे विच वसे ने जी उन्हां नूं मौका दिता, ठीक है जी। सो कोशिश कर रहे हैं कि एक गुलदस्ता जिहड़ा नाभा शहर वास्ते तैयार करिए, जिहड़ा लगातार पिछले लंबे समय तो नाभा संताप भोग रहा उस तो मुक्ति पाई जा सके। सर जिहड़े आप दे कैंडीडेट खड़े ने इन्हां लई तुसीं अपना नाभा शहर दे वासियों नूं की अपील करना चाहते हो? मैं हथ बन के बेनती करदा, देखो वोटर हमेशा वड्डा हुंदा, लोकतंत्र दे विच हमेशा ही लोक वड्डे हुंदे आ जी। मेरी हथ बन के बेनती है वीरों, नाभा निवासियों अज जरूरत है, अज जरूरत सानू ये खराब सिस्टम को ठीक करने की लोड़ है, सानू ये सिस्टम किसी ने ठीक नहीं करना, क्योंकि ये जिहड़े कांग्रेस अकाली बीजेपी वाले ना ये लच्छेदार भाषण देने दे विच माहर ने और ये अपनियां गल्लां दे विच उलझा लैंदे आ जी और कितने एक एक काम में तीन तीन बार बोलते हैं रोज़, असं ऐ करता लॉक टैल लवा के ऐ साबित करते जिमें पता नहीं नाभा लंडन बनाता हो। सो इन दल्लों के आने की लड़ नहीं, ईमानदारी अपने दिल से हाथ रख के परमात्मा को याद करके एक बार आम पार्टी को मौका दो, साडे उम्मीदवारों को मौका दो जिहड़े एमसी चोण लड़ रहे हैं और एक चीज़ की गरंटी देने जी सच्चे दिलों क्लीयर हार्ट साफ दिल के नाल नाभा की साडे सेवा करनगे, सारे जिहड़े उम्मीदवार साडे जिहड़े जित्तणगे जी सेवा करनगे, जिहड़े हार गए भी सेवा करनगे, कल्ला इह नहीं कि जिहड़ा जित्त गया उही एमसी है दूजा नहीं, मैं हारन तो बाद लगातार नाभे की सेवा कर रहा, ठीक है जी। सो मेरी भी यह भावना कि जिहड़ा आम पार्टी ने जुड़िया जिहड़ा काम करना चाहुंदा और भावना चंगी होनी चाहिए है जी, उहदे दारियां तां होंदियां जांदियां रहिंदियां, सरकारां वी आउंदियां जांदियां रहिंदियां, पर जिहड़ा तुहाडा किरदार है एक थोड़ा अच्छा समाज प्रति थोड़ा जिहड़ा एक जैसी दृष्टि वैसी सृष्टि, अगर तुसीं समाज नूं अच्छा देखना चाहुंदे हो तो फिर थोड़ी नज़र भी उस तरीके नाल होनी चाहिए कि तुसीं अपना जिहड़ा काम है वह लगातार जारी रखो, जित्तां हारां बणियां ने उहदे विच कोई गल नहीं जी, पर मैनूं उम्मीद है कि पूरे पंजाब दे विचों नाभा एक ऐसा शहर होगा जिथे नगर कौंसल नाभा दा प्रधान जिहड़ा जी वह आम आदमी पार्टी दा होगा और आम पार्टी दा चोण निशान झाड़ूगा जी, इत्थे आम पार्टी का बोलबाला होएगा और नगर कौंसल नाभा का प्रधान जिहड़ा वह आम आदमी पार्टी का बनेगा नगर कौंसल नाभा के।